ਕਹਿੰਦੇ ਜਦੋਂ ਕੋਈ ਡਾਕਟਰ ਬਣ ਜਾਵੇ ਫਿਰ ਤਾਂ ਸਾਰੇ ਦੁੱਖ ਹੀ ਦੂਰ ਹੋ ਜਾਂਦੇ, ਫਿਰ ਤਾਂ ਡਾਕਟਰਾਂ ਨੇ ਦੂਜਿਆਂ ਦੇ ਦੁੱਖ ਦੂਰ ਕਰਨੇ ਹੁੰਦੇ ਆ, ਅਸਲ 'ਚ ਮਾਮਲਾ ਕੀ ਹੈ? ਬਿਲਕੁਲ ਸਰ, ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਜਦੋਂ ਅਸੀਂ ਵੀ ਡਾਕਟਰ ਬਣੇ ਸੀਗੇ, ਸਾਡੇ ਮਾਪਿਆਂ ਨੂੰ ਬੜਾ ਚਾਅ ਸੀਗਾ ਕਿ ਮੁੰਡਾ ਸਾਡਾ ਡਾਕਟਰ ਬਣ ਗਿਆ ਅਤੇ ਵਧੀਆ ਕਮਾਈ ਜਿਹੜਾ ਕਰੇਗਾ। ਲੇਕਿਨ ਸਰ, ਇਹ ਮਾਰੂ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਹੈ, ਇਹਨਾਂ ਦੇ ਆਪਾਂ ਇੰਨੇ ਕੁ ਸਤਾਏ ਹੋਏ ਹਾਂ ਕਿ ਜੇ ਤੁਹਾਨੂੰ ਆਪਾਂ ਸੱਚਾਈ ਦੱਸੀਏ ਕਿ ਸਾਡੇ ਜਿਹੜੇ ਘਰ ਦੇ ਜਿਹੜੇ ਬੱਚੇ ਪਾਲਣੇ ਜਾਂ ਘਰ ਦੇ ਜਿਹੜੇ ਰੋਜ਼ਾਨਾ ਦੇ ਜਿਹੜੇ ਖਰਚੇ ਆ ਉਹ ਵੀ ਕੱਢਣੇ ਕਈ ਵਾਰ ਔਖੇ ਹੋ ਜਾਂਦੇ ਆ। ਸਰ, ਆਪਾਂ ਪਿਛਲੇ ਲੰਬੇ ਸਮੇਂ ਤੋਂ 5 ਸਾਲ ਤੋਂ ਪਹਿਲਾਂ ਥੋੜਾ ਜਿਹਾ ਦੱਸਿਓ, ਲੋਕਾਂ ਨੂੰ ਸਮਝ ਆ ਜਾਏ। ਹਾਂਜੀ ਹਾਂਜੀ, ਤੁਹਾਨੂੰ ਕਮਿਊਨਿਟੀ ਹੈਲਥ ਅਫਸਰ ਕਿਉਂ ਕਿਹਾ ਜਾਂਦਾ? ਕੀ ਡੈਜਿਗਨੇਸ਼ਨ, ਕੀ ਡਿਊਟੀਆਂ ਨੇ ਤੁਹਾਡੀਆਂ? ਸਰ, ਸਾਡੀ ਜਿਹੜੀ ਪੋਸਟਿੰਗ ਹੈ ਉਹ ਪਿੰਡਾਂ ਦੇ ਵਿੱਚ ਹੈਲਥ ਵੈਲਨੈਸ ਸੈਂਟਰਾਂ ਦੇ ਵਿੱਚ ਲਗਾਈ ਗਈ ਹੈ। ਜਿੱਦਾਂ ਸਾਨੂੰ ਪਤਾ ਹੈ ਕਿ ਸਾਡੇ ਆਲੇ ਦੁਆਲੇ ਜਿਹੜੇ ਪਿੰਡ ਹੈ, ਹਰ ਪਿੰਡ ਦੇ ਏਡ ਗੇਡ ਜਿਹੜੀਆਂ 5 ਪਿੰਡਾਂ ਨੂੰ ਕਵਰ ਕਰਦੀ, ਇੱਕ ਅੱਧੀ ਡਿਸਪੈਂਸਰੀ ਹੈ। ਉਹਨਾਂ ਡਿਸਪੈਂਸਰੀਆਂ ਦੇ ਅੰਦਰ ਪਹਿਲਾਂ ਏਨਮ ਭੈਂਜੀਆਂ ਹੁੰਦੀਆਂ ਸੀਗੀਆਂ ਅਤੇ ਹੈਲਥ ਵਰਕਰ ਸਹਿਬਾਨ ਹੁੰਦੇ ਸੀਗੇ ਜਿੱਥੇ ਟੀਕੇ ਲੱਗਦੇ ਸੀਗੇ ਜਾਂ ਹੋਰ ਡੇਂਗੂ ਮਲੇਰੀਆ ਨੂੰ ਲੈ ਕੇ ਜਾਂ ਚੀਜ਼ਾਂ ਨੂੰ ਜਿਹੜਾ ਕਵਰ ਕੀਤਾ ਜਾਂਦਾ ਸੀਗਾ। ਉਸ ਤੋਂ ਬਾਅਦ ਸੈਂਟਰ ਸਰਕਾਰ ਵੱਲੋਂ ਇੱਕ ਪੋਸਟ ਕੱਢੀ ਗਈ ਕਮਿਊਨਿਟੀ ਹੈਲਥ ਅਫਸਰ, ਜਿਹਦੇ ਤੈਨਾਤ ਸਾਡੀ ਭਰਤੀ ਹੋਈ ਹੈ, ਬਕਾਇਦਾ ਪੇਪਰ ਹੋਇਆ। ਉਸ ਤੋਂ ਬਾਅਦ ਸਾਡਾ 6 ਮਹੀਨੇ ਦੀ ਜਿਹੜੀ ਮੈਰਿਟ ਆਉਣ ਤੋਂ ਬਾਅਦ 6 ਮਹੀਨੇ ਦੀ ਟ੍ਰੇਨਿੰਗ ਲੱਗੀ, ਟ੍ਰੇਨਿੰਗ ਤੋਂ ਬਾਅਦ ਫਿਰ ਦੁਬਾਰਾ ਪੇਪਰ ਹੋਇਆ ਅਤੇ ਫਿਰ ਇਹ ਸਾਨੂੰ ਪੋਸਟ ਜਿਹੜੀ ਹੈ ਉਹ ਹਾਸਿਲ ਹੋਈ। ਜਦੋਂ ਇਹ ਪੋਸਟ ਕ੍ਰੀਏਟ ਕੀਤੀ ਗਈ, ਨਾਲ ਹੀ ਜਿਹੜਾ ਆ ਸਬ ਸੈਂਟਰ ਦਾ ਨਾਮ ਬਦਲ ਕੇ ਹੈਲਥ ਵੈਲਨੈਸ ਸੈਂਟਰ ਜਿਹੜਾ ਉਹ ਰੱਖ ਦਿੱਤਾ ਗਿਆ। ਸੋ ਸਰ, ਸਾਡੀਆਂ ਜਿਹੜੀਆਂ ਲਗਭਗ 12 ਤਰ੍ਹਾਂ ਦੀਆਂ ਹੈਲਥ ਸਰਵਿਸਿਜ਼ ਜਿਹੜੀਆਂ ਆਪਾਂ ਸੈਂਟਰਾਂ ਦੇ ਉੱਤੇ ਦਿੰਦੇ ਹਾਂ, ਜਿਹਦੇ ਵਿੱਚ ਐਂਟੀਨੈਟਲ ਚੈੱਕਅਪ ਤੋਂ ਲੈ ਕੇ ਸ਼ੂਗਰ ਬੀਪੀ ਦੇ ਮਰੀਜ਼, ਕੈਂਸਰ ਦੀ ਸਕਰੀਨਿੰਗ ਜਾਂ ਹੋਰ ਜਿਹੜੀਆਂ ਸਾਰੇ ਪ੍ਰੋਗਰਾਮ ਹੈ ਸਰਕਾਰ ਦੇ, ਜਿਹੜੇ ਨੈਸ਼ਨਲ ਪ੍ਰੋਗਰਾਮ ਹੈ, ਉਹ ਸਾਰੇ ਜਿਹੜੇ ਹੈ ਉਹ ਸਾਡੇ ਥਰੂ ਜਿਹੜੇ ਹੋ ਕੇ ਚੱਲਦੇ ਹੈ। ਸੋ ਇਹ ਸੇਵਾਵਾਂ ਜਿਹੜੀਆਂ ਉਹਦੇ ਵਿੱਚ OPD ਵੀ ਆ ਜਾਂਦੀ ਹੈ, ਬੱਚਿਆਂ ਨੂੰ ਟੀਕੇ ਲਾਉਣ ਤੋਂ ਲੈ ਕੇ ਏਨਮ ਜਿਹੜੀਆਂ ਆਪਣੀਆਂ ਭੈਣਜੀਆਂ ਉਹ ਨਾਲ ਆਪਣੇ ਐਂਟੀਨੈਟਲ ਚੈੱਕਅਪ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੈਲਥ ਵੈਲਨੈਸ ਸੈਂਟਰ ਦੇ ਉੱਤੇ ਕਵਰ ਹੁੰਦੀਆਂ। ਓਕੇ, ਤੇ ਗੁਰਵਿੰਦਰ ਜੀ, ਕੁਆਲੀਫਿਕੇਸ਼ਨ ਕੀ ਹੈ ਇਹ ਪੋਸਟ ਲਈ? ਤਰੋਚਨ ਸਿੰਘ ਜੀ, ਇਹਦੇ ਲਈ ਕੁਆਲੀਫਿਕੇਸ਼ਨਾਂ ਰੱਖੀਆਂ ਗਈਆਂ ਸੀ ਸਟਾਰਟਿੰਗ ਦੇ ਵਿੱਚ BSc, ਉਸ ਤੋਂ ਬਾਅਦ ਜਿਹੜੇ BMS ਡਾਕਟਰਸ ਆ ਉਹਨਾਂ ਨੂੰ ਵੀ ਇਹਦੇ ਵਿੱਚ ਐਡ ਕਰ ਦਿੱਤਾ ਗਿਆ। ਓਕੇ, ਇਹ ਪੋਸਟ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਬਣਾਈ ਗਈ ਸੀਗੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੰਨੀ ਕੁਆਲੀਫਿਕੇਸ਼ਨ ਲੈਣ ਤੋਂ ਬਾਅਦ ਵੀ ਜੋ ਸਾਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਸਾਡੇ ਕੰਮ ਦੇ ਹਿਸਾਬ ਨਾਲ ਉਹ ਬਹੁਤ ਨਿਗੁਣੀਆਂ ਹੈਗੀਆਂ। ਹੁਣ ਜੇ ਆਪਾਂ ਸਰਵਿਸਿਸ ਦੀ ਗੱਲ ਹੁਣੇ ਡਾਕਟਰ ਸੁਨੀਲ ਜੀ ਨੇ ਤੁਹਾਡੇ ਨਾਲ ਕੀਤੀ ਹੈ ਕਿ ਪਹਿਲਾਂ ਜਿਹੜੇ ਆਪਣੇ ਪਿੰਡਾਂ ਦੇ ਆਮ ਲੋਕ ਸੀਗੇ ਉਹਨਾਂ ਨੂੰ ਦਵਾਈਆਂ ਲੈਣੀਆਂ, ਕੋਈ ਸਿਹਤ ਸੰਬੰਧੀ ਜਿਹੜੀਆਂ ਉਹਨਾਂ ਦੀਆਂ ਲੋੜਾਂ ਸੀ ਉਹਦੇ ਲਈ ਉਹਨਾਂ ਨੂੰ ਬਹੁਤ ਦੂਰ ਜਾਣਾ ਪੈਂਦਾ ਸੀਗਾ। ਹੁਣ ਉਹਨਾਂ ਨੂੰ ਉਹਨਾਂ ਦੇ ਪਿੰਡ ਹੀ ਜਾਂ ਉਹਨਾਂ ਦੇ ਨਾਲ ਦੇ ਪਿੰਡ ਦੇ ਵਿੱਚ ਹੀ ਸਾਰੀਆਂ ਸਿਹਤ ਸੁਵਿਧਾਵਾਂ ਮਿਲ ਜਾਂਦੀਆਂ। ਸਾਡੇ ਕੋਲ 62 ਤਰੀਕੇ ਦੀਆਂ ਦਵਾਈਆਂ ਉਪਲਬਧ ਹੁੰਦੀਆਂ ਜੋ ਕਿ ਜਦੋਂ ਮਰਜ਼ੀ ਕੋਈ ਸਾਡੇ ਡਿਊਟੀ ਟਾਈਮ ਦੇ ਵਿੱਚ ਸਾਡੇ ਤੋਂ ਆ ਕੇ ਲੈ ਸਕਦਾ। ਉਹਦੇ ਨਾਲ ਵਾਲੀ ਜਿਵੇਂ ਸਾਡੇ ਕੋਰੋਨਾ ਦੇ ਵਿੱਚ ਮਹਾਮਾਰੀ ਆਈ ਸੀਗੀ ਉਹਦੇ ਵਿੱਚ ਸਾਡਾ ਕਮਿਊਨਿਟੀ ਹੈਲਥ ਅਫਸਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਸੀ। ਪਿਛਲੇ ਸਾਲ ਜਿਵੇਂ ਹੜ੍ਹਾਂ ਦੀ ਮਾਰ ਪੰਜਾਬ ਨੂੰ ਪਈ ਹੈ ਤੇ ਹੜ੍ਹਾਂ ਦੇ ਨਾਲ ਲੱਗਦੇ ਜਿੰਨੇ ਸੈਂਟਰ ਸੀ ਸਾਰਿਆਂ ਨੂੰ ਕਮਿਊਨਿਟੀ ਹੈਲਥ ਅਫਸਰਾਂ ਨੇ ਸੰਭਾਲਿਆ ਸੀਗਾ। ਇਹਦੇ ਨਾਲ ਨਾਲ ਹੁਣ ਜੇ ਆਪਾਂ ਕਰੀਏ ਕਿ ਜਿਵੇਂ ਸਾਡਾ ਕੰਮ ਸਾਨੂੰ ਇੰਨਾ ਵੱਧ ਕੰਮ ਦਾ ਲੋਡ ਪਾਇਆ ਜਾ ਰਿਹਾ ਕਿ ਜੇ ਅਸੀਂ ਮੰਨ ਲਓ ਜਿਹੜੀਆਂ ਕੁਆਲੀਫਿਕੇਸ਼ਨਾਂ ਲਈਆਂ ਅਗਰ ਅਸੀਂ ਸਾਰੀ ਉਮਰ ਨੌਕਰੀ ਵੀ ਕਰੀ ਜਾਈਏ ਤਾਂ ਅਸੀਂ ਘੱਟੋ ਘੱਟ ਅਸੀਂ ਆਪਦਾ ਡਿਗਰੀ ਦਾ ਪੈਸਾ ਨਹੀਂ ਪੂਰਾ ਕਰ ਸਕਦੇ। ਇਸ ਲਈ ਸਾਡੀ ਇਹੀ ਮੰਗ ਰਹੀ ਹੈ, ਅਸੀਂ ਅੱਜ ਡਾਇਰੈਕਟਰ ਸਾਹਿਬ ਨੂੰ ਵੀ ਸਾਡੀਆਂ ਮੁਸ਼ਕਲਾਂ ਦੱਸ ਕੇ ਆਏ ਹਾਂ, ਪਹਿਲਾਂ ਵੀ ਅਸੀਂ ਹੈਲਥ ਮਿਨਿਸਟਰ ਸਾਹਿਬ ਨੂੰ ਵੀ 3 ਵਾਰ ਮਿਲ ਚੁੱਕੇ ਹਾਂ, ਪਿਛਲੇ 1 ਸਾਲ ਤੋਂ ਇਹ ਸਾਰਾ ਕੁਝ ਚੱਲ ਰਿਹਾ ਤੇ ਹੁਣ ਸਾਨੂੰ ਮਜਬੂਰਨ ਜਦੋਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਸਾਨੂੰ 6 ਤਰੀਕ ਨੂੰ ਜਲੰਧਰ ਵਾਲੇ ਦਿਨ ਉੱਥੇ ਰੈਲੀ ਰੱਖਣੀ ਪੈ ਰਹੀ ਹੈ, ਮਜਬੂਰ ਹੋ ਰਹੇ ਜੇ ਤੁਸੀਂ। ਸਿਮਰਨ ਜੀ, ਤੁਸੀਂ ਥੋੜ੍ਹਾ ਦੱਸਿਓ ਜਿਵੇਂ ਤਨਖਾਹਾਂ ਦੀ ਗੱਲ ਆ, ਤਨਖਾਹ ਕਿ ਮਿਲਦੀ?
ਤਨਖਾਹ ਸਰ ਸਾਨੂੰ ਜਿਹੜੀ ਹੈਗੀ ਹੈ ਉਹ 20,000 ਜਿਹੜੀ ਬੇਸਿਕ ਸੈਲਰੀ ਅਤੇ ਪਲੱਸ ਸਾਡੇ 15,000 ਜਿਹੜੇ ਨੇ ਉਹ ਟਾਰਗੇਟ ਜਿਹੜੇ ਨੇ ਉਹ ਬੰਨ ਦਿੱਤੇ ਗਏ ਨੇ ਕਿ ਤੁਸੀਂ ਇਹ 15 ਕੰਮ ਕਰੋਗੇ, ਜਿਹੜਾ ਕੰਮ ਤੁਹਾਡਾ ਪੂਰਾ ਹੋ ਜਾਏਗਾ ਉਹਦਾ ਪਰ ਕੰਮ ਪ੍ਰਤੀ ਕੰਮ ਜਿਹੜਾ 1,000 ਰੁਪਇਆ ਤੁਹਾਨੂੰ ਮਿਲ ਜਾਏਗਾ। ਸੋ ਉਹ ਵੀ ਮਤਲਬ ਕੋਈ ਫਿਕਸ ਨਹੀਂ ਹੈਗਾ ਕਿ 15 ਦਾ 15 ਮਿਲੇਗਾ, ਬੇਸਿਕ ਸੈਲਰੀ ਹੈ ਜਿਹੜੀ ਉਹ 20,000 ਹੈ ਜਿਹੜੀ ਉਹ ਦਿੱਤੀ ਗਈ ਹੈ। ਐਵਰੇਜ ਕਿੰਨੀ ਕੁ ਮਿਲਦੀ ਤੁਹਾਨੂੰ ਮਹੀਨੇ 'ਚ? ਐਵਰੇਜ ਐਵਰੇਜ ਸਰ ਇਹ ਆ ਕਿ ਅਸੀਂ ਆਲਮੋਸਟ ਜਿਹੜੇ ਸਾਡੇ ਸਾਰੇ CHOs ਨੇ ਉਹ ਆਪਣੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਨੇ, ਉਹ ਇੱਕ ਇੱਕ ਟਾਰਗੇਟ ਹੈ ਜਿਹੜਾ ਉਹਨੂੰ ਅਚੀਵ ਕਰਨ ਲਈ ਆਪਣੀ ਪੂਰੀ ਜਾਨ ਲਗਾ ਦਿੰਦੇ ਨੇ, ਵਾਹ ਲਗਾ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਪਹਿਲੀ ਗੱਲ ਤਾਂ ਸਾਨੂੰ ਰੱਖਿਆ ਇਸੇ ਕੰਮ ਲਈ ਹੈ, ਦੂਜਾ ਕਿ ਅਸੀਂ ਫਾਈਨੈਂਸ਼ੀਅਲੀ ਆ ਜਿਹੜਾ ਆ ਉਹ ਆਨ ਅਸੀਂ ਗੁੱਡ ਕਰ ਸਕੀਏ, ਉਸ ਲਈ ਉਹ ਆਲਮੋਸਟ ਪੂਰੀ ਕੋਸ਼ਿਸ਼ ਕਰਦੇ ਨੇ ਕਿ ਉਹ 20+15 ਜਿਹੜਾ ਉਹ ਲੈ ਲੈਣ। ਲੇਕਿਨ ਕਮੀ ਇੱਥੇ ਆ ਰਹੀ ਹੈ ਕਿ ਸਰਕਾਰ ਜਾਂ ਵਿਭਾਗ ਵੱਲੋਂ ਉਹਨਾਂ 15 ਕੰਮਾਂ ਨੂੰ ਪੂਰਾ ਕਰਨ ਵਾਸਤੇ ਜਿਹੜੀ ਫੈਸਿਲਿਟੀਜ਼, ਜਿਹੜੀਆਂ ਚੀਜ਼ਾਂ ਸਾਨੂੰ ਜਾਂ ਜਿਹੜੇ ਰਿਸੋਰਸਿਸ ਜਾਂ ਸਾਨੂੰ ਜਿਹੜੀ ਟੀਮ ਵਰਕ ਚਾਹੀਦਾ ਆ ਉਹ ਸਾਨੂੰ ਮੁਹੱਈਆ ਨਹੀਂ ਕਰਾਇਆ ਜਾ ਰਿਹਾ, ਜਿਸ ਦਾ ਸਿੱਧਾ ਸਿੱਧਾ ਖਾਮਿਆਜ਼ਾ CHOs ਨੂੰ ਭੁਗਤਣਾ ਪੈ ਰਿਹਾ। ਅਤੇ ਉਹ 15,000 ਹੈ ਜਿਹੜਾ ਉਹ ਚਾਹ ਕੇ ਵੀ ਆਪਣੀ ਪੂਰੀ ਤਨਦੇਹੀ ਨਾਲ ਆਪਣੀ ਸ਼ਿੱਦਤ ਲਗਾ ਕੇ ਵੀ ਉਹ ਪੂਰਾ 15,000 ਹੈ ਜਿਹੜਾ ਉਹ ਲੈ ਨਹੀਂ ਸਕਦਾ। ਅਤੇ ਜਿਹਦੇ ਵਿੱਚ ਕਮੀ ਕਿਸ ਚੀਜ਼ ਦੀ ਆ? ਸਰਕਾਰ ਜਾਂ ਵਿਭਾਗ ਵੱਲੋਂ ਹੈ, ਲੇਕਿਨ ਖਾਮਿਆਜ਼ਾ ਜਿਹੜਾ ਆ ਉਹ ਫੀਲਡ 'ਚ ਬੈਠਾ CHO ਜਿਹੜਾ ਉਹ ਭੁਗਤ ਰਿਹਾ ਆ। ਜੇ ਤੁਸੀਂ ਟਾਰਗੇਟ ਪੂਰਾ ਕਰ ਲਓ ਆਪਣਾ, ਹਾਂਜੀ, ਤੁਹਾਡਾ ਮਤਲਬ ਫਿਰ ਮੈਕਸਿਮਮ ਤੁਹਾਨੂੰ 20+15 35,000 ਮਿਲੂਗਾ ਰੁਪਿਆ ਮਿਲਦਾ ਜੀ। ਕੋਈ ਇਸ ਤੋਂ ਇਲਾਵਾ TA DA ਜਾਂ ਕੋਈ ਐਕਸਟਰਾ ਖਰਚਾ ਕੁਛ ਨਹੀਂ ਮਿਲਦਾ, ਕੋਈ ਹੈਲਥ ਦੇ ਰਿਲੇਟਡ ਕੁਛ ਨਹੀਂ ਮਿਲਦਾ। ਲੇਕਿਨ ਹਾਂ, ਡਿਵੈਲਪਮੈਂਟਲ ਟੈਕਸ ਸਾਡਾ ਜ਼ਰੂਰ ਕੱਟਿਆ ਜਾ ਰਿਹਾ। ਉਹ ਕੱਟਿਆ ਜਾਂਦਾ 200 ਰੁਪਈਆ? ਹਾਂਜੀ, ਉਹ ਜ਼ਰੂਰ ਕੱਟਿਆ ਜਾ ਰਿਹਾ। ਉਹ ਵੀ ਸਰ ਜਿਹੜਾ 15,000 ਵੀ ਹੈ, ਜਿੱਦਾਂ ਸਿਮਰਨ ਮੈਡਮ ਜੀ ਨੇ ਦੱਸਿਆ ਕਿ ਸ਼ਿੱਦਤ ਦੇ ਨਾਲ ਕੰਮ ਕਰਕੇ, ਜੇ ਪੂਰੀ ਆਪਾਂ ਮਿਹਨਤ ਦੇ ਨਾਲ ਕੰਮ ਕਰਕੇ ਸਾਰਾ ਭੱਜ ਨੱਠ ਕਰਕੇ ਆਪਣੇ ਜੇਬ 'ਚੋਂ ਪੈਸੇ ਲਾ ਕੇ, ਕਿਉਂਕਿ ਜਿੱਦਾਂ ਸ਼ੂਗਰ ਦੇ ਸਾਡੇ ਮਰੀਜ਼ ਹੈ ਉਹਨਾਂ ਦੀ ਸ਼ੂਗਰ ਚੈੱਕ ਕਰਨੀ ਹੁੰਦੀ ਹੈ, ਸਾਡੇ ਕੋਲ ਸ਼ੂਗਰ ਸਟ੍ਰਿਪਾਂ ਮੁਹੱਈਆ ਨਹੀਂ ਹੈ, ਅਤੇ ਕਈ ਵਾਰ ਸਾਨੂੰ ਸ਼ੂਗਰ ਸਟ੍ਰਿਪਾਂ ਜਿਹੜੀਆਂ ਆਪਣੇ ਕੋਲੋਂ ਖਰਚ ਕੇ ਸਾਨੂੰ ਆਪਣਾ ਟਾਰਗੇਟ ਪੂਰਾ ਕਰਨਾ ਪੈਂਦਾ, ਫਿਰ ਜਾ ਕੇ ਸਾਡਾ ਜਿਹੜਾ ਆ 12-13,000 ਜੇ ਖਿੱਚ ਕੇ ਵੀ ਕੰਮ ਕਰ ਲਈਏ, ਸੁਰਲਾ ਮਿਲਾ ਕੇ 32-33,000 ਰੁਪਇਆ ਜਿਹੜਾ ਆਪਾਂ ਮਹੀਨੇ ਦਾ ਕਮਾ ਪਾਉਂਦੇ।